ਅੱਜ ਅਸੀਂ ਬਣਾਵਾਂਗੇ ਕੱਚੇ ਆਂਬ ਦਾ achar achar ਅਸੀਂ ਬਹੁਤ ਹੀ ਜ਼ਿਆਦਾ ਚਟਪਟਾ ਬਣਾ ਕੇ ਤਿਆਰ ਕਰਨਾ ਹੈ achar ਖਾਣਾ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੁੰਦਾ ਹੈ ਚਾਹੇ ਸਵੇਰ ਦਾ ਖਾਣਾ ਖਾਈਏ ਚਾਹੇ ਦੁਪਹਿਰ ਦਾ ਤੇ ਚਾਹੇ ਰਾਤ ਦਾ ਜੇਕਰ ਆਪਾਂ ਥੋੜਾ ਜਿਹਾ achar ਨਾਲ ਲੈ ਲੈਨੇ ਆ ਤੇ ਖਾਣੇ ਦਾ ਸਵਾਦ ਜਿਹੜਾ ਹੈ ਕਈ ਹੁਣਾ ਵਧ ਜਾਂਦਾ ਹੈ ਤੇ ਚਟਪਟਾ achar ਅਸੀਂ ਕਿੱਦਾਂ ਬਣਾ ਕੇ ਤਿਆਰ ਕਰਨਾ ਹੈ ਵੀਡੀਓ ਨੂੰ ਤੁਸੀਂ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਥਾ ਫਿਰ ਦੇਖਦੇ ਆਪਾਂ ਇਹ achar ਕਿੱਦਾਂ ਬਣਾ ਕੇ ਤਿਆਰ ਕਰਨਾ ਹੈ ਇਹ ਚਾਰ ਬਣਾਉਣ ਦੇ ਲਈ ਮੈਂ 1 ਕਿਲੋ ਅੰਬੀਆਂ ਲਈਆਂ ਹੱਲੇ ਇਸੇ ਤਰੀਕੇ ਦੀਆਂ ਜਿਹੜੀਆਂ ਛੋਟੀਆਂ ਵੱਡੀਆਂ ਅੰਬੀਆਂ ਜਿਹੜੀਆਂ ਨੇ ਆ ਰਹੀਆਂ ਆ ਹ ਲੈਣਾ ਵਿੱਚ ਚੰਗੀ ਤਰ੍ਹਾਂ ਦੇ ਨਾਲ ਜਾਲੀ ਜਿਹੜੀ ਨਹੀਂ ਬਣੀ ਹੋਈ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਧੋਂ ਤੋਂ ਬਾਅਦ ਇਹਨੂੰ ਆਪਾਂ ਹੁਣ ਕੱਟ ਕਰ ਲੈਣੇ ਆ ਅਸਲੀ ਚਾਰ ਜਿਹੜਾ ਪਾਣ ਦਾ ਸੀਜ਼ਨ ਜਿਹੜਾ ਟਾਈਮ ਜਿਹੜਾ ਹੱਲੇ ਨਹੀਂ ਆਇਆ ਜੂਨ ਮਹੀਨੇ ਦੇ ਐਂਡ ਵਿੱਚ ਤੇ ਜੁਲਾਈ ਮਹੀਨੇ ਦੇ ਸ਼ੁਰੂ ਦੇ ਵਿੱਚ ਪਹਿਲੇ ਹਫ਼ਤੇ ਦੇ ਵਿੱਚ ਜਦੋਂ ਤੁਸੀਂ ਚਾਰ ਬਣਾ ਕੇ ਤਿਆਰ ਕਰਦੇ ਹੋ ਤੇ ਇਹ ਚਾਰ ਤੁਸੀਂ ਬਣਾ ਕੇ ਧੋ ਤੋਂ 3 ਸਾਲ ਤੱਕ ਵੀ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਜਿਹੜਾ ਨਹੀਂ ਹੁੰਦਾ ਉਹ ਚਾਰ ਦੀ ਰੈਸਪੀ ਵੀ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੀ ਕਿਉਂਕਿ 5 ਤੋਂ 7 ਕਿਲੋ 4 ਜਿਹੜਾ ਹੈ ਮੈਂ ਇਕੱਠਾ ਪਾ ਕੇ ਜਿਹੜਾ ਇਹ ਰੱਖ ਲੈਣੀ ਹੈ ਇੱਕ ਸੀਜ਼ਨ ਦੇ ਵਿੱਚ ਤੇ ਫਿਰ 2 ਤੋਂ 3 ਸੀਜ਼ਨ ਜਿਹੜੇ ਮੇਰੇ ਨੰਗ ਜਾਂਦੇ ਆ ਚਾਰ ਦੇ ਨਾਲ ਤੇ ਹੱਲੇ ਮੈਂ 1 ਕਿਲੋ ਅੰਬ ਦੇ ਚਾਰ ਦੀ ਰੈਸਪੀ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਇਹਨੂੰ ਆਪਾਂ ਹੁਣ ਕੀ ਕਰਨਾ ਹੈ ਇਹਦੀਆਂ ਜਿਹੜੀਆਂ ਗਿਟਕਾਂ ਆ ਇਹ ਆਪਾਂ ਕੱਢ ਲੈਣੀਆਂ ਤੇ ਜਿਹੜਾ ਉੱਪਰ ਵਾਲਾ ਹਿੱਸਾ ਹੈ ਇਹਨੂੰ ਆਪਾਂ ਕਟਿੰਗ ਕਰ ਲੈਣਾ ਟੁਕੜੇ ਤੁਸੀਂ ਆਪਣੇ ਹਿਸਾਬ ਦੇ ਨਾਲ ਕਰ ਸਕਦੇ ਹੋ ਛੋਟੇ ਜਾਂ ਵੱਡੇ ਤੇ ਮੈਂ ਇਹਨਾਂ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਕਰ ਰਹੀ ਹਾਂ ਕੁਝ ਇਸ ਤਰ੍ਹਾਂ ਦੇ ਨਾਲ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਸੀਂ ਵੱਡੇ ਟੁਕੜੇ ਵੀ ਨਾਲ ਦੇ ਕੱਟ ਕਰ ਸਕਦੇ ਹੋ ਪਰ ਜੇਕਰ ਆਪਾਂ ਗੁਟਲੀਆਂ ਸਮੇਤ ਏ ਚਾਰ ਪਾਣਾ ਹੈ ਤੇ ਫਿਰ ਟੁਕੜੇ ਜਿਹੜੇ ਥੋੜੇ ਜੇ ਵੱਡੇ ਹੋਣ ਤਾਂ ਹੀ ਵਧੀਆ ਲੱਗਦਾ ਏ ਚਾਰ ਤੇ ਸਾਰੇ ਅੰਬ ਜਿਹੜੇ ਇਹਨਾਂ ਨੂੰ ਆਪਾਂ ਕੱਟ ਕੇ ਤਿਆਰ ਕਰ ਲੈਣਾ ਸਾਰੇ ਅੰਬ ਇਹ ਮੈਂ ਕੱਟ ਕੇ ਤਿਆਰ ਕਰ ਲਈਆਂ ਤੇ ਹੁਣ ਇਹਦਾ ਇਹਨਾਂ ਦੇ ਵਿੱਚ ਆਪਾਂ ਪਾਣੇ ਆ 1 ਚਮਚ ਨਮਕ ਤੇ ਅੱਧਾ ਚਮਚ ਹਲਦੀ ਨਮਕ ਪਾਉਣ ਨਾਲ ਜਿਹੜੀਆਂ ਅੰਬੀਆਂ ਇਹ ਪਾਣੀ ਛੱਡ ਦੇਣਗੀਆਂ ਤੇ ਹਲਦੀ ਪਾਉਣਾ ਇਹਨਾਂ ਦਾ ਜਿਹੜਾ ਰੰਗ ਹੈ ਉਹ ਖਰਾਬ ਨਹੀਂ ਹੋਏਗਾ ਇਸ ਕਾਰਨ ਇਹ ਦੋਨੋਂ ਚੀਜ਼ਾਂ ਪਾਣੀ ਆ ਪਾ ਕੇ ਇਹਨੂੰ ਆਪਾਂ ਇੱਕ ਤੋਂ 2 ਘੰਟੇ ਲਈ ਛੱਡ ਦੇਣਾ ਤਾਂ ਕਿ ਇਹਨਾਂ ਦਾ ਜਿਹੜਾ ਮੋਇਸਚਰ ਹੈ ਉਹ ਨਿਕਲ ਜਾਏ ਚੰਗੀ ਤਰ੍ਹਾਂ ਦੇ ਨਾਲ ਕਿਉਂਕਿ ਅੰਬੀਆਂ ਦੇ ਵਿੱਚ ਜਦੋਂ ਜ਼ਿਆਦਾ ਪਾਣੀ ਹੁੰਦਾ ਹੈ ਤੇ ਫਿਰ ਇਹ ਜਿਹੜਾ ਪਾਣੀ ਜਦੋਂ ਛੱਡਦੀਆਂ ਜਦੋਂ ਆਪਾਂ ਇਹਦੇ ਵਿੱਚ ਮਸਾਲੇ ਮਿਕਸ ਕਰਨੇ ਆ ਤੇ ਫਿਰ ਇਹ achar ਜਿਹੜਾ ਜਲਦੀ ਖਰਾਬ ਹੋਣ ਦੇ ਚਾਂਸ ਹੁੰਦੇ ਆ ਤੇ ਇਹਨੂੰ ਆਪਾਂ ਛੱਡ ਦੇਣੇ 1 ਤੋਂ 2 ਘੰਟੇ ਲਈ 2 ਘੰਟੇ ਹੋ ਗਏ ਇਹਨੂੰ ਪੇ ਹੋਏ ਤੁਸੀਂ ਦੇਖ ਸਕਦੇ ਹੋ ਤੇ ਅੰਬੀਆਂ ਨੇ ਜਿਹੜਾ ਪਾਣੀ ਛੱਡ ਦਿੱਤਾ ਬਹੁਤ ਜ਼ਿਆਦਾ ਪਾਣੀ ਜਿਹੜਾ ਨੀਚੇ ਬੈਠਾ ਹੋਇਆ ਤੁਸੀਂ ਦੇਖ ਸਕਦੇ ਹੋ ਚਿਰਮਚੀ ਦੇ ਵਿੱਚ ਕਿੰਨਾ ਜ਼ਿਆਦਾ ਪਾਣੀ ਹੈ ਤੇ ਹੁਣ ਆਪਾਂ ਇਹਨੂੰ ਛਾਣ ਲੈਨੇ ਆ ਇਹ ਪਾਣੀ ਛਾਣ ਕੇ ਇਹਨੂੰ ਆਪਾਂ ਐਦਾਂ ਹੀ ਛੱਡ ਦੇਣਾ 10 ਮਿੰਟ ਲਈ ਤਾਂ ਕਿ ਹਲਕਾ ਫੁਲਕਾ ਪਾਣੀ ਜਿਹੜਾ ਇਹਦੇ ਵਿੱਚ ਹੈ ਉਹ ਵੀ ਚੰਗੀ ਤਰ੍ਹਾਂ ਦੇ ਨਾਲ ਨਿਕਲ ਜਾਏ ਇਨੂੰ ਮੈਂ 10 ਮਿੰਟ ਲਈ ਛੱਡ ਦਿੱਤਾ ਸੀ ਤੇ ਸਾਰਾ ਪਾਣੀ ਜਿਹੜਾ ਇਹਦੇ ਵਿੱਚੋਂ ਨਿਕਲ ਗਿਆ ਤੇ ਹੁਣ ਆਪਾਂ ਇਹਨੂੰ ਕਿਸੇ ਬਰਤਨ ਦੇ ਵਿੱਚ ਖੁੱਲੇ ਬਰਤਨ ਦੇ ਵਿੱਚ ਜਾਂ ਫਿਰ ਕਿਸੇ ਕੱਪੜੇ ਦੇ ਉੱਤੇ ਪਾ ਕੇ ਜਾਂ ਤਾਂ ਤੁਸੀਂ 1 ਘੰਟੇ ਦੀ ਨੂੰ ਧੁੱਪ ਲਵਾ ਲਓ ਜਾਂ ਫਿਰ ਤੁਸੀਂ ਇਹਨੂੰ ਪੱਖੇ ਥੱਲੇ ਦੀ ਸੁਕਾ ਲਓ ਥੋੜੀ ਦੇਰ ਲਈ ਤੇ ਮੈਂ ਇਹਨੂੰ ਧੁੱਪੇ ਰੱਖ ਰਹੀ ਆ 1 ਘੰਟੇ ਦੇ ਲਈ ਇਹਦੇ ਨਾਲ ਹੀ ਆਪਾਂ ਧੁੱਪੇ ਰੱਖਣੇ ਕੁਝ ਮਸਾਲੇ ਜੇਕਰ ਤੁਹਾਡੇ ਧੁੱਪ ਨਹੀਂ ਆਂਦੀ ਹੈ ਤੇ ਫਿਰ ਤੁਸੀਂ ਇਹ ਮਸਾਲੇ ਜਿਹੜੇ ਇਹਨੂੰ ਤੁਸੀਂ ਕੜਾਈ ਵਿੱਚ ਪਾ ਕੇ ਹਲਕਾ ਜਿਹਾ ਰੋਸਟ ਕਰ ਲਿਓ ਗੈਸ ਤੇ ਉੱਤੇ ਸਾਡੇ ਧੂਪਾਂ ਦੀ ਇਹ ਤੇ ਮਸਾਲੇ ਵੀ ਮੈਂ ਇਹਦੇ ਨਾਲ ਹੀ ਧੁੱਪੇ ਜਿਹੜੇ ਰੱਖ ਰਹੀਆਂ ਇੱਕ ਚਮਚ ਮੇਥੀ ਦਾਣਾ 2 ਚਮਚ ਪਾਵਾਂਗੇ ਸੌਂਫ 1 ਕਿਲੋ ਅੰਬ ਦੇ ਹਿਸਾਬ ਨਾਲ ਮਸਾਲੇ ਜਿਹੜੇ ਮੈਂ ਪਾ ਰਹੀਆਂ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਸਰੋਂ ਦੇ ਦਾਣੇ ਮੋਟੀ ਸਰੋਂ ਜਿਹੜੀ ਹੁੰਦੀ ਹੈ ਮੈਂ ਉਹ ਲਈ ਹੈ ਰਾਈ ਨਹੀਂ ਲੈਣੀ ਹੈ ਸਰੋਂ ਲੈਣੀ ਹੈ ਜੇਕਰ ਹੈ ਤਾਂ ਪਾ ਲਿਓ ਜੇਕਰ ਨਹੀਂ ਹੈ ਤਾਂ ਤੁਸੀਂ ਇਸ ਤੋਂ ਬਿਨਾਂ ਵੀ ਆਚਾਰ ਬਣਾ ਸਕਦੇ ਹੋ ਤਾਂ ਹੁਣ ਆਪਾਂ ਇਹਨੂੰ ਵੀ ਇਹਦੇ ਨਾਲ ਹੀ ਅੰਬ ਦੇ ਨਾਲ ਹੀ ਧੁੱਪੇ ਰੱਖ ਦਿੰਨੇ ਆ ਤਾਂ ਕਿ ਇਹ ਵੀ ਚੰਗੀ ਤਰ੍ਹਾਂ ਦੇ ਨਾਲ ਸੁੱਕ ਜਾਣਾ ਜਦੋਂ ਆਪਾਂ ਅੰਬ ਚੁੱਕ ਕੇ ਲਿਆਵਾਂਗੇ ਉਦੋਂ ਇਹਨਾਂ ਨੂੰ ਵੀ ਨਾਲ ਹੀ ਚੁੱਕ ਕੇ ਲਿਆ ਕੇ ਦਰਦਰਾ ਜਿਹਾ ਪੀਸ ਲੈਣਾ ਉਦੋਂ ਤੱਕ ਇੱਕ ਮਸਾਲਾ ਆਪਾਂ ਹੋਰ ਬਣਾ ਕੇ ਤਿਆਰ ਕਰ ਲੈਣਾ ਇੱਕ ਕੌਲੀ ਲਵਾਂਗੇ ਇਹਦੇ ਵਿੱਚ ਪਾਵਾਂਗੇ 2 ਚਮਚ ਨਮਕ ਦੇ 1 ਕਿਲੋ ਅੰਬ ਦੇ ਹਿਸਾਬ ਨਾਲ ਮੈਂ 2 ਚਮਚ ਇਹਦੇ ਵਿੱਚ ਨਮਕ ਪਾ ਰਹੀ ਆ ਅੱਧਾ ਕ ਚਮਚ ਹਲਦੀ ਪਾਵਾਂਗੇ ਅੱਧਾ ਚਮਚ ਪਾਵਾਂਗੇ ਤਿੱਖੇ ਵਾਲੀਆਂ ਲਾਲ ਮਿਰਚਾਂ ਤੁਸੀਂ ਕਟੀਆਂ ਹੋਈਆਂ ਲਾਲ ਮਿਰਚਾਂ ਵੀ ਲੈ ਸਕਦੇ ਹੋ ਮੈਂ ਮਿਰਚਾਂ ਦਾ ਪਾਊਡਰ ਇੱਥੇ ਲੈ ਰਹੀ ਆ ਇਹਦੇ ਨਾਲ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਕਲੌਂਜੀ ਇਹ ਜਿਹੜੇ ਪਿਆਜ਼ ਦੇ ਬੀਜ ਹੁੰਦੇ ਆ ਉਹ ਐ ਹੱਦ ਤੱਕ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਇਹਦੇ ਨਾਲ ਕਲਰ ਵਧੀਆ ਆਏਗਾ ਚਾਰ ਦਾ ਹੁਣ ਇਹ ਸਾਰੇ ਮਸਾਲੇ ਮਿਕਸ ਕਰਕੇ ਰੱਖ ਲੈਣੇ ਆ ਚੰਗੀ ਤਰ੍ਹਾਂ ਦੇ ਨਾਲ ਇਹਨਾਂ ਨੂੰ ਮਿਕਸ ਕਰ ਲੈਣਾ ਤੇ ਰੱਖ ਲੈਣਾ ਇਧਰ ਆਂਬ ਜਿਹੜੇ ਸੁੱਕ ਗਏ ਤੁਸੀਂ ਦੇਖ ਸਕਦੇ ਹੋ ਇਹਨਾਂ ਵਿੱਚ ਬਿਲਕੁਲ ਵੀ ਪਾਣੀ ਜਿਹੜਾ ਨਹੀਂ ਹੈ ਤੋਂ ਆਪਾਂ ਜਿਹੜਾ ਦਰਦਰਾ ਮਸਾਲਾ ਪੀਸ ਕੇ ਰੱਖਿਆ ਸੀ ਸੌਂਫ ਮੇਥੀ ਦਾਣਾ ਤੇ ਸਰੋਂ ਦਾ ਇਹਨੂੰ ਆਪਾਂ ਪਾਵਾਂਗੇ ਆਂਬਾਂ ਦੇ ਵਿੱਚ ਇਹਦੇ ਨਾਲ ਹੀ ਆਪਾਂ ਜਿਹੜਾ ਮਸਾਲਾ ਮਿਕਸ ਕਰਕੇ ਰੱਖਿਆ ਸੀ ਪੀਸੇ ਹੋਏ ਮਸਾਲੇ ਜਿਹੜੇ ਮਿਕਸ ਕੀਤੇ ਸੀ ਇਹ ਪਾਵਾਂਗੇ ਤੇ ਇਹਨੂੰ ਚਟਪਟਾ ਬਣਾਉਣ ਦੇ ਲਈ ਇਹਦੇ ਵਿੱਚ ਮੈਂ ਪਾ ਰਹੀ ਹਾਂ ਅੱਧਾ ਕ ਚਮਚਾ ਚੀਨੀ ਕਿਉਂਕਿ 1 ਕਿਲੋ ਆਂਬੇ ਤੇ ਇਸ ਕਾਰਨ ਮੈਂ ਅੱਧਾ ਕ ਚਮਚਾ ਜਿਹੜਾ ਚੀਨੀ ਦੇ ਵਿੱਚ ਪਾ ਰਹੀ ਹਾਂ ਇਹਦੇ ਨਾਲ ਬਹੁਤ ਹੀ ਜ਼ਿਆਦਾ ਚਟਪਟਾ ਚਾਰ ਬੰਦਾ ਹੈ ਇੱਕ ਵਾਰ ਤੁਸੀਂ ਬਣਾ ਕੇ ਦੇਖਿਓ ਇੱਕ ਕੜਛੀ ਤੇਲ ਜਿਹੜਾ ਇਹਦੇ ਵਿੱਚ ਮੈਂ ਪਹਿਲੇ ਪਾ ਰਹੀ ਹਾਂ ਹੁਣ ਇਹਨਾਂ ਨੂੰ ਆਪਾਂ ਚੰਗੇ ਤਰ੍ਹਾਂ ਦੇ ਨਾਲ ਮਿਕਸ ਕਰ ਲੈਣਾ ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈ achar ਬਣਾਉਂਦਾ ਜੇਕਰ ਤੁਸੀਂ ਥੋੜਾ achar ਬਣਾਉਣਾ ਚਾਹੁੰਦੇ ਹੋ ਤੇ ਇਸ ਤਰੀਕੇ ਦੇ ਨਾਲ ਬਣਾਇਓ ਇੰਨੇ ਮਸਾਲਿਆਂ ਦੇ ਨਾਲ ਬਣਾਇਓ ਜੇਕਰ ਤੁਸੀਂ ਜ਼ਿਆਦਾ ਕੁਆਂਟੀਟੀ ਵਿੱਚ ਬਣਾਉਣਾ ਚਾਹੁੰਦੇ ਹੋ ਉਹਦੀ ਕੁਆਂਟੀਟੀ ਫਿਰ ਮੈਂ ਤੁਹਾਨੂੰ ਜਦੋਂ ਜ਼ਿਆਦਾ achar ਬਣਾਵਾਂਗੀ ਉਦੋਂ ਦੱਸਾਂਗੀ ਹੁਣ ਇਹਨੂੰ ਆਪਾਂ ਚੰਗੇ ਤਰ੍ਹਾਂ ਮਿਕਸ ਕਰ ਲਿਆ ਤੇ ਇਹਦੇ ਵਿੱਚ ਇੱਕ ਕੜਛੀ ਤੇਲ ਹੋਰ ਪਾ ਲੈਣੇ ਆ ਲਗਭਗ ਇੱਕ ਕੌਲੀ ਤੇਲ ਜਿਹੜਾ ਇਹ ਆਪਾਂ ਇਹਦੇ ਵਿੱਚ ਪਾ ਲੈਣਾ ਤੇਲ ਜਿਹੜਾ ਇਹ ਪ੍ਰੀਜ਼ਰਵ ਪ੍ਰਿਜ਼ਰਵੇਟਿਵ ਦਾ ਕੰਮ ਕਰਦਾ ਹੈ ਇਸ ਕਰਕੇ ਇੱਚ ਤੇਲ ਜਿਹੜਾ ਜ਼ਿਆਦਾ ਪਾਣਾ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਕੇ ਤੇ ਰੱਖ ਲੈਣਾ ਹੈ ਕਿਸੇ ਵੀ ਏਅਰ ਟਾਈਟ ਡੱਬੇ ਦੇ ਵਿੱਚ ਭਰ ਕੇ ਤੁਸੀਂ ਇਹ ਚਾਰ ਵੀ ਜਿਹੜਾ ਇਹ 2 ਸਾਲ ਤੱਕ ਵੀ ਰੱਖ ਦਿਓਗੇ ਬਿਲਕੁਲ ਵੀ ਖਰਾਬ ਜਿਹੜਾ ਨਹੀਂ ਹੁੰਦਾ ਇਹ ਮੈਂ ਤੁਹਾਨੂੰ ਦੂਸਰੇ ਦਿਨ ਦੀ ਵੀਡੀਓ ਬਣਾ ਕੇ ਦਿਖਾ ਰਹੀ ਹਾਂ ਚਾਰ ਦਾ ਰੰਗ ਦੇਖੋ ਕਿੰਨਾ ਵਧੀਆ ਆ ਤੁਹਾਨੂੰ ਇਹ ਚਾਰ ਦੀ ਰੈਸਪੀ ਕਿਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਵਾਤਵਾਦ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਅੱਜ ਦੀ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸ਼ਸ਼ੀ ਕਾਲ ਜੀ